ਦੁਆਵਾਂ ਬਹੁਤ ਸਾਰੀਆਂ ਪਹਿਲਾਂ ਤਾਂ ਉਹ ਤੁਸੀਂ ਆਪਣੀਆਂ ਲੈ ਲਿਆ ਕਰੋ, ਟੋਕਰਾ ਭਰਿਆ ਹੋਇਆ ਦੁਆਵਾਂ ਦਾ। ਕਬੂਲ ਫਰਮਾਈਏ। ਮੈਂ ਦੁਆਵਾਂ ਦਾ ਜੀ ਬਹੁਤ ਸ਼ੁਕਰੀਆ ਅਦਾ ਕਰਦਾ ਸਾਰਿਆਂ ਦੀਆਂ। ਜਿਹੜੀ ਦੁਆ ਹੈ ਨਾ, ਉਹ ਸਿੱਧੀ ਅਰਸ਼ 'ਤੇ ਜਾਂਦੀ ਹੈ, ਉੱਤੇ ਸਿੱਧੀ ਜਾਂਦੀ ਹੈ। ਔਰ ਦੁਆ ਉਹ ਕੀ ਕਹਿੰਦੇ, ਜਾਣੇ ਕੌਣ ਦੁਆਓਂ ਮੈਂ ਯਾਦ ਰੱਖਤਾ ਹੈ, ਕੀ ਬਾਤ ਹੈ, ਮੈਂ ਡੁੱਬਤਾ ਹੂੰ ਸਮੁੰਦਰ ਉਛਾਲ ਦਿੱਤਾ ਹੈ। ਦੁਆਵਾਂ 'ਤੇ ਬਹੁਤ ਸਾਰੇ ਸੱਪਾਂ ਦੀਆਂ ਖੁੱਡਾਂ 'ਚ ਹੱਥ ਦਿੱਤੇ ਸੀ, ਉੱਥੋਂ ਵੀ ਬਚਾ ਲੈਂਦੀਆਂ ਨੇ। ਕੀ ਬਾਤ ਹੈ। ਦੁਆ ਅਗਰ ਤੁਹਾਨੂੰ ਡਾਇਰੈਕਟ ਫੌਰੀ ਨਾ ਚੇਂਜ ਕਰੇ ਤੁਹਾਡੀ ਕਿਸਮਤ ਨੂੰ, ਡੈਸਟਨੀ ਨੂੰ, ਤਾਂ ਇਹਦਾ ਮਤਲਬ ਇਹ ਨਹੀਂ ਕਿ ਦੁਆ ਰਾਇਗਾਂ ਚਲੇ ਗਈ, ਜ਼ਾਇਆ ਹੋ ਗਈ। ਇਹਦਾ ਮਤਲਬ ਇਹ ਹੈ ਕਿ ਰੱਬ ਨੇ ਤੁਹਾਨੂੰ ਆਪਣੀ ਮਰਜ਼ੀ ਦੇ ਮੁਤਾਬਕ ਤੁਹਾਡੇ ਦਿਲ ਨੂੰ ਸਕੂਨ ਦੇ ਦੇਣਾ ਉਸ ਦੁਆ ਤੋਂ ਬਾਅਦ। ਫਿਰ ਤੁਹਾਨੂੰ ਤਕਲੀਫ ਹੋਣਾ ਬੰਦ ਹੋ ਜਾਂਦੀ ਹੈ। ਜਿਹੜੀ ਚੀਜ਼ ਤੁਸੀਂ ਨਹੀਂ ਚਾਹ ਰਹੇ, ਉਹ ਤੁਹਾਡੀ ਲਾਈਨ ਜਿਹੜੀ ਹੈ ਉਹ ਰੱਬ ਦੀ ਲਾਈਨ ਦੇ ਮੁਤਾਬਕ ਹੋ ਜਾਂਦੀ। ਫਿਰ ਤੁਸੀਂ ਈਜ਼ੀ ਹੋ ਜਾਂਦੇ ਹੋ। ਅਤੇ ਪਰਮਾਨੈਂਟ ਤਾਂ ਕੁਛ ਵੀ ਨਹੀਂ ਹੈਗਾ ਨਾ, ਸਭ ਕੁਛ ਚੇਂਜ ਹੋ ਜਾਣਾ। ਜੋ ਤਕਲੀਫਾਂ ਹੈ ਉਹ ਵੀ ਚੇਂਜ ਹੋ ਜਾਣੀਆਂ, ਅਤੇ ਖੁਸ਼ੀਆਂ ਹੈ ਉਹ ਵੀ ਚੇਂਜ ਹੋ ਜਾਣੀਆਂ। ਕਹਿੰਦੇ ਇਨਸਾਨ ਦੀ ਨੀਤ ਸਿੱਧੀ ਹੋਣੀ ਚਾਹੀਦੀ ਹੈ, ਦੁਆ ਅਤੇ ਦਵਾ ਤਾਂ ਹੀ ਅਸਰ ਕਰਦੀ ਹੈ। ਸੋ ਤੁਹਾਡੀ ਦੁਆ ਅਸਰ ਕਰਦੀ ਹੈ ਅਤੇ ਉਹ ਤੁਹਾਨੂੰ ਦੁਆਵਾਂ ਭੇਜਦੇ ਆ, ਉਹਨਾਂ ਦੁਆਵਾਂ ਦੇ ਸਦਕੇ ਤੁਸੀਂ ਹੋਰ ਆਉਂਦੇ ਹੋ ਅਤੇ ਹੋਰ ਆ ਕੇ ਦਵਾਈਆਂ ਵੰਡਦੇ ਹੋ। ਸੋ ਇਹ ਦੁਆ ਅਤੇ ਦਵਾ ਦੋਨੇ ਚੱਲਦੀਆਂ ਰਹਿਣਗੀਆਂ ਸਾਈਡ ਬਾਈ ਸਾਈਡ। ਹੱਥ ਹਮੇਸ਼ਾ ਇੱਦਾਂ ਹੀ ਰੱਖਣਾ। ਕਿਆ ਬਾਤ ਹੈ। ਇੱਥੋਂ ਵੀ ਖੈਰ ਜਾਂਦੀ ਰਹੇ ਅਤੇ ਇੱਥੋਂ ਵੀ ਖੈਰ ਮਿਲਦੀ ਰਹੇ। ਕਿਸੇ ਨੂੰ ਕਦੀ ਹੱਥ ਨਾਲ ਨੁਕਸਾਨ ਨਾ ਪਹੁੰਚਾਓ, ਕਿਸੇ ਨੂੰ ਕਦੀ ਆਪਣੀ ਜ਼ਬਾਨ ਨਾਲ ਨੁਕਸਾਨ ਨਾ ਪਹੁੰਚਾਓ। ਹਰ ਬੰਦਾ ਤੁਹਾਡੀ ਇਹਨਾਂ ਦੋਵਾਂ ਚੀਜ਼ਾਂ ਤੋਂ ਮਹਿਫੂਜ਼ ਹੋਣਾ ਚਾਹੀਦਾ। ਕਿਆ ਬਾਤ ਹੈ।